ਇਟਲੀ ਦੇ ਲਾਤ ਨਹੀਂ ਦੇ ਰਹੇ ਬਾਰਸ਼ਾਂ ਚ ਲਾਤ ਨਹੀਂ ਦੇ ਰਹੀ ਬੂਹਾ ਉਹ ਇੰਨਾ ਪਾਣੀ ਦੇ ਵਿੱਚ ਗਿੱਲੇ ਹੋ ਜਾਣਾ ਬਾਹਰ ਚੜ ਜਾਣਾ ਅੱਗੇ ਦੋ ਮੁੰਡੇ ਬਿਮਾਰ ਹੋਏ ਨੇ ਅੱਛਾ ਓਏ ਅੰਡੇ ਉਂਡੇ ਖਾਇਆ ਜਾ ਸ਼ਾਮੀ ਕੱਖ ਵੀ ਨਹੀਂ ਹੋਣਾ ਚੀਮਾ ਸਾਹਿਬ ਅਸਲਾਮ ਅਲੈਕਮ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨੇ ਆ ਅੱਲਾ ਦੇ ਕਰਮ ਫਤਿਹ ਦੇ ਨਾਲ ਕਾਫੀ ਟਾਈਮ ਤੋਂ ਯਾਰ ਵੀਡੀਓ ਬਣਾ ਰਹੇ ਹਾਂ ਅੱਜ ਫਿਰ ਜਿਹੜਾ ਨਾ ਅਤੇ ਮੈਂ ਕਿਹਾ ਯਾਰ ਵੀਡੀਓ ਬਣਾਉਣ 'ਤੇ ਟਾਈਮ ਹੀ ਨਹੀਂ ਲੱਗਾ ਕੁਛ ਕੰਮਾਂ 'ਚ ਐਸੇ ਮਸਰੂਫ ਹੋ ਗਏ ਹਾਂ ਅਤੇ ਪਾਕਿਸਤਾਨ ਤੁਰ ਕੇ ਨਾ ਮਹੀਨਾ ਡੇਢ ਚੱਕਰ ਲਾ ਕੇ ਆਇਆ ਉੱਥੇ ਵੀ ਵੀਡੀਓ ਕੋਈ ਨਹੀਂ ਬਣਾਉਣ ਹੋਈ ਅਤੇ ਅੱਜ ਸੁਬਹਾ ਸੁਬਹਾ ਆਏ ਹਾਂ ਕੰਮ 'ਤੇ ਅਤੇ ਖਲੋਤੇ ਨੇ ਇੱਥੇ ਰਾਤ ਦੀ ਕਾਫੀ ਬਾਰਿਸ਼ ਹੋਈ ਦੀ ਆ ਅਜੇ ਕੰਮ ਸ਼ੰਮ ਕੋਈ ਨਹੀਂ ਸ਼ੁਰੂ ਕੀਤਾ ਦੂਸਰੇ ਵੀ ਦੋਸਤ ਆ ਰਹੇ ਨੇ ਅਤੇ ਮੈਂ ਵੀ ਗੱਡੀ 'ਚ ਖਲੋਤਾ ਇੱਥੇ ਆ ਕੇ ਮੈਂ ਕਿਹਾ ਚਲੋ ਮਾਲਟਿਆਂ ਦਾ ਸੀਜ਼ਨ ਸ਼ੁਰੂ ਹੈ ਇਸ ਟਾਈਮ ਜ਼ੋਰਾਂ 'ਚ ਕੰਮ ਸ਼ੁਰੂ ਹੈ ਮਾਲਟਿਆਂ ਦਾ ਇਹਨਾਂ ਦਿਨਾਂ ਦੇ ਵਿੱਚ ਮਾਲਟਿਆਂ ਦਾ ਕੰਮ ਹੁੰਦਾ ਸੰਤਰਿਆਂ ਦਾ ਅਤੇ ਅੱਜ ਤੁਹਾਨੂੰ ਵਿਖਾਵਾਂਗੇ ਕੀ ਹਿਸਾਬ ਹੈ ਕਿਵੇਂ ਦੀ ਮਾਲਟਿਆਂ ਦਾ ਕੰਮ ਹੁੰਦਾ ਸਰਦੀਆਂ ਦੇ ਵਿੱਚ ਬਾਰਿਸ਼ ਦੇ ਵਿੱਚ ਵੀ ਕੰਮ ਕਰਨੇ ਪੈਂਦਾ ਅਤੇ ਇੰਤਜ਼ਾਰ ਕਰਨੇ ਪੈਂਦਾ ਦੂਸਰੇ ਦੋਸਤਾਂ ਦਾ ਥੋੜ੍ਹੀ ਲੇਟ ਹੀ ਆ ਟਾਈਮ ਤਾਂ 7 ਤੋਂ ਉੱਤੇ ਹੋ ਗਿਆ 7 ਵਜੇ ਸੁਬਹਾ ਸ਼ੁਰੂ ਕਰ ਲਈਦਾ ਅਜੇ ਤੱਕ ਦੂਸਰੇ ਦੋਸਤ ਨਹੀਂ ਆਏ ਅਤੇ ਦੋਸਤ ਆਉਂਦੇ ਨੇ ਤਾਂ ਫਿਰ ਤੁਹਾਨੂੰ ਵਿਖਾਉਂਦੇ ਹਾਂ ਮੈਂ ਵੀ ਖੜਾ ਦੋਸਤ ਦੂਸਰੇ ਆਉਣਗੇ ਫਿਰ ਟਰੈਕਟਰ ਲਿਆਵਾਂਗੇ ਅਜੇ ਤਾਂ ਗਿੱਲਾ ਬਾਰਿਸ਼ ਵੀ ਬੱਦਲ ਹੋਇਆ ਅਤੇ ਵਿਖਾਵੇ ਤਾਂ ਕੈਮਰਾ ਮਾਰ ਦੇਖ ਸਕਦੇ ਹੋ ਕਿਵੇਂ ਜਿਹੜਾ ਨਾ ਬਾਰਿਸ਼ ਦਾ ਮੌਸਮ ਹੈ ਅਤੇ ਬਾਰਿਸ਼ ਤਕਰੀਬਨ ਬਾਰਿਸ਼ਾਂ ਦਾ ਮੌਸਮ ਹੁਣ ਸ਼ੁਰੂ ਹੋ ਗਿਆ ਪਹਿਲੀ ਬਾਰਿਸ਼ ਜਿਹੜੀ ਨਾ ਹੋਈ ਹੈ ਅੱਗੋਂ ਹੁਣ ਬਾਰਿਸ਼ਾਂ ਨੇ ਇੱਥੇ ਸਰਦੀਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਸਾਡੇ ਤਾਂ ਸਰਦੀਆਂ ਦੇ ਵਿੱਚ ਘੱਟ ਬਾਰਿਸ਼ਾਂ ਹੁੰਦੀਆਂ ਨੇ ਨਾ ਅਤੇ ਗਰਮੀਆਂ 'ਚ ਬਾਰਿਸ਼ਾਂ ਹੁੰਦੀਆਂ ਨੇ ਇੱਥੇ ਗਰਮੀਆਂ 'ਚ ਕੋਈ ਬਾਰਿਸ਼ ਨਹੀਂ ਹੁੰਦੀ ਇੱਥੇ ਸਰਦੀਆਂ 'ਚ ਬਾਰਿਸ਼ਾਂ ਹੁੰਦੀਆਂ ਨੇ ਕਿਉਂਕਿ ਬਾਰਿਸ਼ਾਂ ਪੈਣਗੀਆਂ ਬਰਫਾਂ ਪੈਣਗੀਆਂ ਤੁਹਾਨੂੰ ਪਤਾ ਯੂਰਪ 'ਚ ਬਰਫ਼ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਬਾਰਿਸ਼ ਪਏਗੀ ਤਾਂ ਬਰਫ਼ ਬਣੇਗੀ ਇਸ ਵਾਸਤੇ ਬਾਰਿਸ਼ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਸਰਦੀਆਂ ਦੇ ਵਿੱਚ ਐਗਰੀਕਲਚਰ ਦਾ ਜਿਹੜਾ ਕੰਮ ਹੈ ਨਾ ਬਹੁਤ ਔਖਾ ਗਰਮੀਆਂ 'ਚ ਫਿਰ ਵੀ ਸਿਸਟਮ ਚੱਲ ਜਾਂਦਾ ਸਰਦੀਆਂ 'ਚ ਬਹੁਤ ਔਖਾ ਅੱਜ ਤੁਹਾਨੂੰ ਵਿਖਾਉਂਦੇ ਹਾਂ ਸਰਦੀਆਂ ਦੇ ਵਿੱਚ ਬਾਰਿਸ਼ ਦੇ ਵਿੱਚ ਗਿੱਲਾ ਹੋਏ ਅਤੇ ਕਿਵੇਂ ਦਾ ਸਿਸਟਮ ਹੁੰਦਾ ਅਤੇ ਸਹੀ ਆ ਦੋਸਤੋ ਦੋਸਤ ਦੂਸਰੇ ਆਉਂਦੇ ਨੇ ਫਿਰ ਅੱਗੋਂ ਜਿਹੜਾ ਨੇ ਵੀਡੀਓ ਜਿਹੜਾ ਨੇ ਬਣਾਉਂਦੇ ਹਾਂ ਚੱਲ ਬਾਈ ਓ ਵਾਹ ਵਾਹ ਪਹੁੰਚੀ ਆ ਦੇਖੋ ਸ਼ੇਰ ਪਾਣੀ ਕੋ ਡਰੇ ਕਿਤੇ ਨੇ ਚਿੱਕੜ ਖੋਬਾ ਹੈਂ ਪਹਿਲਾ ਦਿਨ ਕਸੇਤੇ ਕਸੂਤੇ ਵਿੱਚ ਹੀ ਮਿਲਾਂਗੇ ਤੁਹਾਨੂੰ ਸ਼ੁਰੂ ਹੋਇਓ ਡਰੋ ਡਰੋ ਨਾ ਪਾਣੀ ਕੋਲੋਂ ਓਯੋ ਓਯੋ ਸ਼ੁਰੂ ਆਪੇ ਧੁੱਪ ਨਿਕਲ ਆਉਂਦੀ ਹੈ ਚੱਲ ਵਾ ਚੱਲ ਜਵਾਨਾ ਉੱਥੇ ਖਾ ਕੇ ਡੋਡੇ ਟਰੱਕ ਜਾਂਦੇ ਆਪਣੇ ਭਾਈ ਜੀ ਨੇ ਇੰਡੀਆ ਪੰਜਾਬ ਤੋਂ ਬਾਰਿਸ਼ ਵੀ ਗਿਆ ਕੋਈ ਚੱਸ ਨਹੀਂ ਜਿਹੜੀ ਚਲੋ ਦੋਸਤੋ ਅੱਜ ਦਾ ਤੁਹਾਨੂੰ ਮਾਹੌਲ ਜਿਹੜਾ ਨੂੰ ਵਿਖਾਉਂਦੇ ਹਾਂ ਅਤੇ ਥੋੜ੍ਹੇ ਹੁਣ ਅਸੀਂ ਵੀ ਆਪਣਾ ਕੰਮ ਕਰ ਲਈਏ ਦੋਸਤੋ ਹੁਣ ਦੇਖ ਲਓ ਦੋਸਤ ਆ ਕੇ ਹੁਣ ਠੇਕੇਦਾਰ ਆ ਬੰਦੇ ਛਿੰਦੇ ਜਿਹੜੇ ਲੈ ਕੇ ਆਉਂਦਾ ਦੂਸਰਾ ਠੇਕੇਦਾਰ ਉਹ ਪਿੱਛੇ ਛੁਪੇ ਕਰਦਾ ਪਰੇ ਨੂੰ ਦੱਸੋ ਉੱਥੇ ਤੁਸੀਂ ਗੱਲਾਂ ਕਰਦੇ ਹੋ ਪਾਕਿਸਤਾਨ ਬੈ ਕੇ ਇਟਲੀ ਗਏ ਨੇ ਤੁਸੀਂ ਬਾਹਰ ਹੋ ਅਸੀਂ ਕਹਦੇ ਬਾਹਰ ਬਾਹਰ ਤਾਂ ਪਿਛਲੇ ਨੇ ਬਾਬਾ ਜੀ ਆਏ ਮਹੀਨਿਆਂ ਦੇ ਪੈਸੇ ਘੱਲ ਦਿਓ ਇੱਥੇ ਅਸੀਂ ਮਰ ਜਾਂਦੇ ਹਾਂ ਮਜ਼ਦੂਰੀਆਂ ਕਰ ਕਰ ਵੇਖੋ ਆਪੀ ਵੀ ਕਿੱਲੇ ਮਕਿੱਲੇ ਆਹ ਬੂਟੇ ਬਾਰਿਸ਼ਾਂ ਦੇ ਵਿੱਚ ਖੋਵੋ ਮਾਲਟ ਜੀ ਥੱਲੇ ਹਾਲਾਤ ਵੇਖੋ ਸਾਡੇ
ਡਿੱਗਣ ਲੱਗ ਘੁੰਮਣ ਕਿਉਂ ਖਲੋ ਰਹੇ ਹੁਣ ਮਾਲਟੇ ਗਿੱਲੇ ਯਾਰ ਖੋਣ ਲੱਗੇ ਸਰਕਾਰ ਵੇਖੋ ਇੱਕ ਵਾਰੀ ਵੀਡੀਓ ਬਣਾ ਲਈਏ ਮੈਂ ਆਖਿਆ ਵੜ ਜਾ ਹੁਣ ਸ਼ੁਰੂ ਕਰ ਦੇ ਹਾਲ ਹੀ ਆ ਵੀ ਕਿਵੇਂ ਮਜ਼ਦੂਰੀ ਹੁੰਦੀ ਹੈ ਲੋਕ ਕਹਿੰਦੇ ਨੇ ਉੱਥੇ ਇਟਲੀ ਯੂਰੋ ਘੁਮਾਉਂਦੇ ਨੇ ਜੀ ਇਹ ਯੂਰੋ ਕਾਹਦੇ ਘੁਮਾਉਂਦੇ ਆ ਇੱਥੇ ਅਸੀਂ ਤਾਂ ਨਹੀਂ ਬਾਹਰ ਆ ਤੁਸੀਂ ਲੋਕ ਬਾਹਰ ਹੋ ਪਾਕਿਸਤਾਨ ਵਾਲੇ ਦੇ ਅੱਧੇ ਜੀ ਅੱਗੇ ਬਰਸਾਤੀਆਂ ਪਾ ਕੇ ਲੱਗੇ ਆਂਦੇ ਨੇ ਆਏ ਮਹੀਨੇ ਆਂਦੇ ਨੇ ਮਹੀਨਾ ਪੂਰਾ ਹੋ ਗਿਆ ਯੂਰੋ ਘਾਲ ਦਿਓ ਹਾਂ ਯੂਰੋ ਘਾਲ ਦਿਓ ਓਏ ਇੱਥੇ ਬੰਦੇ ਦਾ ਫੂਜ ਹੋ ਜਾਂਦੀ ਹੈ ਅੱਧੇ ਜੀ ਅੱਗੇ ਬਾਹਰ ਖੜੇ ਆ ਜਾਓ ਉੱਧੇ ਤੁਹਾਨੂੰ ਵਹਾਈ ਆ ਉਹਲੇ ਸਾਈਡ ਤੇ ਠੰਡ ਲੱਗ ਜੂਗੀ ਸਵੇਰੇ ਸਵੇਰੇ ਮਾਲਟਿਆਂ ਨੂੰ ਜੁੜ ਗਿਆ ਉਹ ਮਾਲਟਾ ਵੀ ਖਾਣੇ ਪੀਣੇ ਚਾਹੀਦੇ ਨਹੀਂ ਨਹੀਂ ਖਾ ਪਰ ਅਜੇ ਧੁੱਪ ਨਿਕਲ ਲੈਂਦਾ ਉਹ ਆਉਂਦੇ ਬਰਸਾਤੀ ਵੇਖ ਕੇ ਮਿਲਾਤ ਉਹ ਵੀ ਵਿਚਾਰਾ ਡਾਵਾ ਡੋਲੀਆ ਕਦੀ ਆ ਜਾਂਦੇ ਕਦੀ ਸ਼ੁਰੂ ਕਰ ਲੋ ਜੀ ਆ ਗਿਆ ਜੀ ਮਰੋਕੀ ਯਾਰ ਅਰਬੀ ਵਾਲੇਕੁਮ ਸਲਾਮ ਇਹ ਜੀ ਬਰਸਾਤੀ ਆ ਬਾਰਿਸ਼ ਵਾਲੇ ਕੱਪੜੇ ਬਰਸਾਤੀਆਂ ਲਿਆ ਯਾਰ ਬਰਸਾਤੀਆਂ ਤੋਂ ਬਗੈਰ ਤੇ ਜਿਹੜਾ ਨਾ ਕੰਮ ਕੋਈ ਨੀ ਹੁਣ ਤੇ ਠੇਕੇਦਾਰ ਸਭ ਬੰਦਿਆਂ ਨੂੰ ਲੈ ਕੇ ਦੋ ਬਰਸਾਤੀਆਂ ਬੰਦੇ ਬਿਮਾਰ ਹੋ ਗਏ ਤੁਹਾਡਾ ਕੰਮ ਨੁਕਸਾਨ ਹੋਣਾ ਅੱਜ ਉਹਨਾਂ ਨੂੰ ਲੈ ਕੇ ਦੋ ਬਰਸਾਤੀਆਂ ਇਹ ਬਰਸਾਤੀ ਹੈ ਜੀ ਇਹ ਬਾਰਿਸ਼ ਵਾਲੇ ਕੱਪੜੇ ਨੇ ਜਿਹੜੇ ਇਹਨਾਂ ਪਾ ਦੇਣੇ ਇਹ ਦੋਸਤ ਨੇ ਇਹ ਵੇਖ ਸਕਦੇ ਆ ਇਹਦੇ ਨਾਲ ਲੈ ਕੇ ਬੰਦਾ ਭੀਜਦਾ ਨੀ ਆ ਪਾਣੀ ਥੱਲੇ ਨਿਚੜੀ ਜਾਂਦਾ ਪਾਣੀ ਵੜ ਜਾਂਦਾ ਜਦੋਂ ਬੰਦਾ ਲੱਗ ਪਿਆ ਗਰਮ ਹੋ ਜਾਂਦਾ ਜਿਸ ਤਰ੍ਹਾਂ ਫੇਰ ਨੀ ਮਹਿਸੂਸ ਹੁੰਦਾ ਹੁਣ ਇਹ ਅੱਗੋਂ ਬਾਰਿਸ਼ਾਂ ਦੇ ਮਾਲਟੇ ਇੰਜ ਟੁੱਟਣੇ ਨੇ ਸੁੱਕੇ ਦਿਨ ਲੰਘ ਗਏ ਹੁਣ ਜਿਹੜੇ ਲੰਘਣੇ ਹਨ ਕਿਉਂ ਘੁੰਮਣ ਸਾਹਿਬ ਨਹੀਂ ਬਰਸਾਤੀਆਂ ਲਿਆਉਂਦੇ ਆ ਸਰਕਾਰ ਬਰਸਾਤੀ ਲੈ ਕੇ ਆਵਾਂਗੇ ਸਵੇਰੇ ਬਰਸਾਤੀਆਂ ਪਾਓ ਅੱਗੋਂ ਫੇਰ ਬਾਰਿਸ਼ ਤਿੰਨ ਚਾਰ ਦਿਨ ਦੱਸੀ ਦੀ ਆ ਨਹੀਂ ਨਹੀਂ ਕੋਈ ਚੱਕਰ ਨਹੀਂ ਬਰਸਾਤੀਆਂ ਲਿਆਵਾਂਗੇ ਭੇਜ ਕੇ ਉਹਨੇ ਆਹ ਭਿਜੇਗੀ ਤਾਂ ਸਿੱਜੇਗੀ ਆਹ ਤੇ ਮੈਂ ਹੁਣ ਟਰੱਕ ਮਾਲਕ ਆਂਦਾ ਵੀ ਬਾਹਰ ਆ ਖਲੋਤੇ ਦਾ ਤੁਸੀਂ ਖੋ ਕੇ ਟਰੱਕ ਜਾਣਾ ਹੁਣ ਟਰੱਕ ਮਿਲਾਉਣ ਤੋਂ ਐਡੀ ਦੂਰੋਂ ਆਇਆ ਮਾਲਟੇ ਲੈਣ ਵਾਸਤੇ ਮਰੋਕੀ ਵੀ ਇਹੀ ਪਿਆਂਦਾ ਹੁੰਦਾ ਲਾ ਤੇ ਲੈ ਆ ਬੀਂਦ ਲਾ ਲੈ ਆ ਬਾਰਾ ਲੈ ਇੱਕ ਭਰ ਲੈਣ ਦੀਆਂ ਸਾਡੀਆਂ ਜਾਣੀਆਂ ਵੇਖਿਓ ਅੱਛਾ ਚਲੋ ਸਹੀ ਆ ਤੁਸੀਂ ਭਰੋ ਇੱਕ ਇੱਕ ਤੇ ਫਿਰ ਵੇਖਨੇ ਆ ਕੋਈ ਭਰਨ ਹੋਣਾ ਹੀ ਨਹੀਂ ਅਸੀਂ ਇੱਧਰ ਤੇ ਕੰਮ ਮੁੱਕ ਜਾਣਾ ਸਾਡਾ ਆ ਯਾਰ ਭਰੋ ਇੱਕ ਇੱਕ ਲੋ ਦੋਸਤੋ ਤਾਂ ਹੁੰਦੇ ਸੀ ਭੇਜਣਾ ਸਾਡਾ ਸਾਰਿਆਂ ਨੂੰ ਇੱਕ ਆਂਦੇ ਉਹ ਤੇ ਭਰ ਦੇਣਾ ਅੱਛਾ ਤੇ ਦਿਹਾੜੀ ਦੂੜੀ ਵਾਲਾ ਦੋਸਤੋ ਕੰਮ ਕੋਈ ਨਹੀਂ ਆ ਇਹ ਤੁਹਾਨੂੰ ਵਹਾਈਏ ਇਹ ਇੱਕ ਭਰਨਾ ਤੇ 20 ਯੂਰੋ ਮਿਲਣੇ ਨੇ ਇਹ ਜਿਹੜਾ ਦੋ ਭਰ ਲਏ 40 ਤਿੰਨ ਭਰ ਲਏ 60 ਅਤੇ ਕੁਛ ਬੰਦੇ ਤਿੰਨ ਭਰ ਲੈਂਦੇ ਨੇ ਦੋ ਵੀ ਭਰੋ ਜਾਂਦੇ ਨੇ ਚਾਰ ਵੀ ਬੰਦੇ ਭਰਦੇ ਨੇ ਪਰ ਵਿੱਚ ਇੱਥੇ ਬੰਦੇ ਨੇ ਇੱਧਰ ਮਰੋਕੀ ਅਰਬੀ ਲੱਗੇ ਦੇ ਨੇ ਇੱਕ ਇੱਕ ਬੰਦਾ 8-8 ਵੀ ਕਰਦਾ ਜੀ ਦੋਸਤੋ ਇਹਨਾਂ ਦੀ ਇੰਨੀ ਇੰਨੀ ਸਪੀਡ ਆ ਅਤੇ ਅੱਜ ਤਾਂ ਬਾਰਿਸ਼ ਆ ਅੱਜ ਘੁੰਮਣ ਹੋ ਸਕਦਾ ਦੋ ਹੀ ਕਰਿਆ ਨਹੀਂ ਤੇ ਘੁੰਮਣ ਚਾਰ ਬੀਂਦ ਰੋਜ਼ ਕਰਦਾ ਕਿਉਂ ਘੁੰਮਣ ਸਾਹਿਬ ਚਾਰ ਪੰਜ ਰੋਜ਼ ਦਾ ਟਾਰਗੇਟ ਬਾਬਿਓ ਅੱਜ ਕਿੰਨੇ ਕਰੇਗਾ
ਫਲ ਦੋਸਤੋ ਬਾਹਰੋਂ ਬਾਹਰੋਂ ਇੱਕ ਵਾਰੀ ਤੋੜ ਲੈਦਾ ਗੁੱਛੇ ਲੱਗਦੇ ਨੇ ਦੇਖੋ ਗੁੱਛੇ ਪਰ ਹੈ ਅੰਦਰ ਹੈ ਬਾਹਰੋਂ ਇੱਕ ਵਾਰੀ ਤੋੜ ਲਿਆ ਦੂਸਰੇ ਵਾਰੀ ਟੁੱਟਣ ਲੱਗਾ ਮਾਲ ਇੱਕ ਵਾਰੀ ਪਹਿਲਾਂ ਤੋੜਿਆ ਸੀ ਜਦੋਂ ਥੋੜਾ ਜਿਹੜਾ ਪੱਕੇ ਦਾ ਸੀ ਹੁਣ ਸਾਰੇ ਪੱਕ ਗਿਆ ਹੁਣ ਵੇਖਿਆ ਸਾਰੇ ਲਾਲ ਹੋ ਗਿਆ ਪਹਿਲਾਂ ਸਬਜ਼ ਜਿਹੜਾ ਸੀ ਨਾ ਉਹ ਇਹ ਛੱਡਿਆ ਸੀ ਨਾ ਅਤੇ ਹੁਣ ਇਹ ਹੋਇਆ ਅਜੇ ਵੀ ਥੋੜ੍ਹਾ ਬਹੁਤਾ ਵਿੱਚ ਸਬਜ਼ ਆਇਆ ਜਿਵੇਂ ਹੁਣ ਇਹ ਵੇਖਿਓ ਨਾ ਆਈ ਆ ਥੋੜ੍ਹਾ ਸਬਜ਼ ਆ ਬਾਕੀ ਹੁਣ ਇਹ ਤੋੜ ਲੈਣੇ ਨੇ ਸਾਰੇ ਪਿੱਛੋਂ ਸਬਜ਼ ਆ ਇੱਧਰੋਂ ਵੇਖੋ ਫਿਰ ਵੀ ਪੱਕੇ ਨੇ ਮਿੱਟੀ ਦੇਖੋ ਕਿੰਜ ਬੂਟਾ ਨੂੰ ਲੱਗਦੀ ਵੀ ਥੱਲੀ ਇੰਜ ਚੁੰਬੜਦੀ ਹੈ ਮਿੱਟੀ ਹਾਂ ਕੀ ਹਾਲ ਆ ਤੁਹਾਨੂੰ ਇਟਲੀ ਦੇ ਲਾਤ ਨਹੀਂ ਸਹੀ ਨੇ ਬਾਰਿਸ਼ਾਂ ਚ ਲਾਤ ਨਹੀਂ ਸਹੀ ਬੂਆ ਉਹ ਇੰਨਾ ਪਾਣੀ ਦੇ ਵਿੱਚ ਗਿੱਲੇ ਹੋ ਜਾਣਾ ਬਾਹਰ ਚੱਲ ਜਾਣਾ ਅੱਗੇ ਦੋ ਮੁੰਡੇ ਬਿਮਾਰ ਹੋਏ ਹਾਂ ਅੱਛਾ ਅੰਡੇ ਉਂਡੇ ਖਾਇਆ ਜਾ ਸ਼ਾਮੀ ਕੱਖ ਵੀ ਨੀ ਹੋਣਾ ਚੀਮਾ ਸਾਹਿਬ ਵੀ ਨੀ ਆਏ ਅੰਦਰ ਮੈਂ ਵੱਲ ਨਹੀਂ ਉਹ ਨਹੀਂ ਚੀਮਾ ਮਾੜਾ ਬੰਦਾ ਉਹਦੇ ਕੋਲ ਨਹੀਂ ਠੰਡ ਵੇ ਉਹਨੇ ਆਖਿਆ ਸੁੱਕੇ ਦਾ ਮੈਂ ਕੋਲ ਹੋ ਜਾਂਦਾ ਗਿੱਲੇ ਚ ਨੀ ਮੇਰੇ ਕੋਲ ਹੁੰਦਾ ਇੰਨੇ ਖੋਬੇ ਚ ਬੰਦਾ ਨੀ ਰਹਿ ਇੱਕ ਬਾਗੇ ਚ ਫੇਰਾ ਹੀ ਲਾ ਲੈ ਤੇ ਬੜਾ ਸਹੀ ਮਾਲਟੇ ਖੋਣੀ ਦੋ ਮਾਲਟੇ ਖੋਣੇ ਦੀ ਲੋੜ ਨਹੀਂ ਖੋਵਾ ਦੇ ਇੱਕ ਵਾਰੀ ਆ ਵੇਖਿਆ ਜੇ ਉੱਤੋਂ ਵੇਖੋ ਮੌਸਮ ਫੇਰ ਬਦਲ ਗਿਆ ਉੱਤੋਂ ਵੇਖੋ ਇਹ ਬਦਲੀ ਆਈ ਹਨ ਜਿਹੜੀ ਆ ਆ ਵੇਖੋ ਕਾਲਾ ਸ਼ਾ ਹੋ ਗਿਆ ਆਹੀ ਬੈ ਬਰਫ਼ ਪਈ ਆ ਘੁੰਮਣਾ ਇਹ ਨੀ ਬਰਫ਼ ਪਈ ਉਂਝ ਉਹ ਬਦਲ ਚਿੜਾ ਚਿੜਾ ਪਹਾੜਾਂ ਉੱਤੇ ਬਰਫ਼ ਨੀ ਪਈ ਗਈ ਉਹ ਨਹੀਂ ਬਰਫ਼ ਹੁਣ ਪੈ ਜਾਣੀ ਇੱਕ ਐਸੇ ਮਹੀਨੇ ਰਹਿਣ ਦੇ ਕਿਸੇ ਦਿਨ ਬਰਫ਼ ਦੀ ਤਾਰੀ ਚੜ੍ਹ ਜਾਣੀ ਅੱਛਾ ਦੋਸਤੋ ਇਸ ਦੋਸਤ ਨੇ ਰਾਤੀ ਖਾਧੀ ਸੀ ਮੱਛੀ ਯਕੀਨ ਝੂਠ ਨੀ ਮਾਰਨਾ ਆਹ ਦੇਖੋ ਗਰਮੀ ਵਾਲੀ ਸ਼ਰਟ ਪਾ ਕੇ ਆਇਆ ਹੁਣ ਸੰਤਰੇ ਮਾਲਟੇ ਖਾਂਦਾ ਪਿਆ ਉਹਨੂੰ ਗਰਮੀ ਜਿਹੜੀ ਨਾ ਲੱਗਦੀ ਪਈ ਅਜੇ ਵੀ ਸੁਬਹਾ ਸੁਬਹਾ ਠੰਡਾ ਹੋਣ ਡਿਆ ਤੇ ਬਾਕੀ ਦੋਸਤ ਦੇਖੋ ਟੋਪੀਆਂ ਜੈਕਟਾਂ ਕਿਵੇਂ ਪਾਈ ਦੀਆਂ ਨੇ ਟੋਪੀਆਂ ਜੈਕਟਾਂ ਆ ਵੇਖ ਸਕਦੇ ਤੁਸੀਂ ਅੱਛਾ ਕੱਲ ਬਾਰਿਸ਼ ਸੀ ਕੱਲ ਤੇ ਕੋਈ ਨੀ ਕੰਮ ਤੇ ਆਇਆ ਤੇ ਮੱਛੀਆਂ ਕੱਲ ਫੜ ਕੇ ਲਿਆਂਦੀਆਂ ਨੇ ਕਿੱਦਣ ਫੜ ਕੇ ਲਿਆਂਦੀਆਂ ਨੇ ਕੱਲ ਹੀ ਫੜ ਕੇ ਲਿਆਂਦੀਆਂ ਨੇ ਹਨ ਕੋਈ ਮੇਰੇ ਹਨ ਕੋਈ 20 25 ਕਿਲੋ ਆਏ ਹਨ ਤੇ ਕਿਵੇਂ ਤਲ ਕੇ ਕਬੂਤਰ ਹੀ ਬੜੇ ਹੁੰਦੇ ਨੇ ਕਬੂਤਰ ਹੀ ਫੜ ਕੇ ਆਉਂਦੇ ਨੇ ਉੱਥੋਂ ਕਬੂਤਰ ਦੇ ਭਾਂਜ ਬੜੇ ਗਰਮ ਹੁੰਦੇ ਨੇ ਮੋਰਾਂ ਦੇ ਤੇਲੇ ਤੇ ਨਿਸ਼ਾਨੀਆਂ ਐ ਨਾ ਕਿੱਥੇ ਤੇ ਕਬੂਤਰਾਂ ਦਾ ਕਿਹੜਾ ਰੌਲਾ ਤੇ ਕਬੂਤਰ ਕਿੱਥੋਂ ਫੜਿਆ ਜੀ ਉੱਥੋਂ ਹੀ ਬੰਦਿਆਂ ਨੇ ਕਬੂਤਰ ਤੇ ਮੱਛੀਆਂ ਖਾਧੀ ਤੇ ਰਾਤੇ ਦੀ ਠੰਡ ਇਹਨਾਂ ਨੂੰ ਕਿੱਥੋਂ ਲੱਗਣੀ ਹੈ ਮੱਛੀ ਮੁੱਛੀ ਖਾ ਗਈ ਬਾਬਾ ਜੀ ਮਾਲਟੇ ਖੋਣ ਹੁੰਦੇ ਨੇ ਉਂਝ ਤਾਂ ਮਾਲਟੇ ਨਹੀਂ ਖੋਣ ਹੁੰਦੇ ਖੁਰਾਕ ਖੁੱਲੀ ਰੱਖੀ ਰਾਤੀ ਬੱਕਰਾ ਸ਼ਕਰਾ ਖਾਓ ਮੱਛੀਆਂ ਖਾਓ ਫੇਰ ਬੰਦਾ ਮਾਲਟੇ ਖੋਂਦਾ ਪਾਣੀ ਆ ਵੇਖਿਆ ਜੇ ਕਿਵੇਂ ਬੂਟੇ ਪੀਜੇ ਨੇ ਆ ਵੀਡੀਓ ਚ ਵੇਖੋ ਤੁਹਾਨੂੰ ਵਹਾਨੇ ਆ ਇੱਧਰ ਕਰੋ ਹਾਂ ਜਰਾ ਵੇਖੋ
ਪਾਣੀ ਉੱਤੇ ਵੇਖੋ ਕਿਵੇਂ ਖੜਾ ਦੂਜੀ ਵਾਰੀ ਹੁਣ ਖੋਣ ਲੱਗੇ ਦੋਸਤੋ ਅੱਛਾ ਚੱਲ ਜੇ ਜਵਾਨ ਦਿਹਾੜੀ ਲਾ ਕੇ ਨਾ ਵੇ ਹੁਣ ਮੂੰਹ ਛੁਪਾ ਛੁਪਾ ਕੇ ਧੁੱਪ ਵੀ ਨਿਕਲ ਆਈ ਆ ਵੇਖ ਕਿਹਾ ਸੂਰਜ ਨਿਕਲਿਆ ਮਾਸ਼ਾ ਅੱਲਾ ਧੁੱਪ ਨਿਕਲ ਆਈ ਆ ਸਵੇਰ ਦੇ ਆ ਕੇ ਅਤੇ ਖਲੋ ਖਲੋ ਕੇ ਅਤੇ ਹੁਣ ਡੋਲ ਜਿਹੜਾ ਨਾ ਨਿਕਲ ਚੱਲੇ ਨੇ ਨੀਵੇਂ ਨੀਵੇਂ ਹੋ ਗਏ ਨਾ ਬੂਟਿਆਂ ਦੇ ਵਿੱਚੋਂ ਦੀ ਕੰਮ ਕਰਨਾ ਤਾਂ ਜਵਾਨ ਦੀ ਮੌਤ ਹੈ ਨਾ ਕੰਮ ਬੜਾ ਔਖਾ ਹੈਂ ਅੱਲਾ ਦੇ ਬੰਦੇ ਉਹ 9:30 ਹੋ ਗਏ ਨੇ 7 ਵਜੇ ਦੇ ਆ ਕੇ ਚਲੋ ਯਾਰ ਚਲੋ ਅੱਲਾ ਇਸ ਬੁਰ ਦੇ ਜਾ ਅੱਲਾ ਦੇ ਬੁਰ ਸੁੱਕਾ ਬਾਗ ਤੁਹਾਨੂੰ ਬੰਦੇ ਬਾਈ ਦੋਸਤੋ ਫੇਰ ਪਰਤੇ ਨੇ ਬਾਹਰੋਂ ਜਾ ਕੇ ਫੇਰ ਬੰਦੇ ਪਰਤ ਆਏ ਨੇ ਹੁਣ ਹੁਣ ਦੇਖੋ ਕੀ ਕਰਦੇ ਨੇ ਮੈਂ ਤੇ ਆਪਣੀ ਲੈਂਦੀ ਆ ਬਰਸਾਤੀ 15 ਯੂਰੋ ਲਾਇਆ ਮੈਂ ਕਿਹਾ ਬਾਰਿਸ਼ ਬੁਰਿਸ਼ ਆਏ ਤੇ ਫਿਰ ਨਿਜ਼ਾਮ ਤੇ ਹੋਣਾ ਚਾਹੀਦਾ ਕੋਲ ਦੇਖ ਲਓ ਦੋਸਤੋ ਇਹਦੇ ਵਿੱਚ ਹੀ 15 ਯੂਰੋ ਦੀ XL ਇਹ ਜੀ ਬਾਰਿਸ਼ ਵਾਲੇ ਕੱਪੜੇ ਹੁਣ ਬਾਰਿਸ਼ ਹੀ ਆਉਣੀ ਕਹਿੰਦੀ ਅੱਗੋਂ ਲੈਣ ਦੀ ਆ ਵੇਖਦੇ ਹਾਂ ਹੁਣ ਕਸੇਤਾ ਮੈਂ ਵੇਖਣਾ ਜੇ ਕਿਤੋਂ ਲੱਭ ਗਿਆ ਤੇ ਚਲੋ ਚਲੋ ਬਾਈ ਅੱਲਾ ਦਾ ਨਾਂ ਲੈ ਕੇ ਕਰ ਦਿਓ ਸ਼ੁਰੂ ਲੈ ਦੇ ਜਾਓ ਧਰ ਕੇ ਬੀਨਸ ਹੈਂ ਜਾਂ ਜੇ ਹੁੰਦੇ ਅੱਜ ਟਰੈਕਟਰ ਆਇਆ ਅੱਜ ਕੋਈ ਮਸਲਾ ਨਹੀਂ ਕਰ ਲਓ ਸ਼ੁਰੂ ਮੈਂ ਵੀ ਟਰੈਕਟਰ ਸਿੱਧਾ ਪੱਧਰਾ ਕਰਾਂ ਦੋਸਤੋ ਧੁੱਪ ਨਿਕਲ ਆਈ ਹੈ ਚੰਗੀ ਅਤੇ ਘੁੰਮਣ ਲੈ ਤੇ ਗਿਆ ਕੰਮ ਨੂੰ ਗਿੱਲਾ ਹੋ ਗਿਆ ਆ ਕੱਪੜੇ ਵੇਖ ਲਓ ਗਿੱਲੇ ਮਗਿੱਲੇ ਵੇਖੋ ਇੱਥੇ ਮਾਲ ਤੇ ਖੋਨੇ ਆ ਇਟਲੀ ਦੇ ਵਿੱਚ ਆ ਯੂਰੋ ਕਮਾਨੇ ਆ ਉੱਥੋਂ ਦੇ ਯੂਰੋ ਭੱਲੋ ਕੱਪੜੇ ਵੀ ਲੈਣ ਦੇ ਨੇ ਹੁਣ ਆ ਬਾਰਿਸ਼ ਵਾਲੇ ਪਹਿਲੇ ਆ ਕਾਦੇ ਪਾੜਤਾ ਹੈ ਹਾਂ ਜੀ ਗਲ ਚ ਬਾਲਟੀ ਪਾ ਕੇ ਨਾ ਜਿਵੇਂ ਘੁੰਮਣ ਲੱਗੇ ਦਾ ਦੇਖੋ ਦੋਸਤੋ ਮਾਲ ਦੇ ਤੋੜਨ ਦਾ ਤਰੀਕਾ ਦੇਖੋ ਕਿੰਨੀ ਸਪੀਡ ਨਾਲ ਘੁੰਮਣ ਇੱਕ ਹੱਥ ਨਾਲ ਤੋੜ ਤੋੜ ਕਿਵੇਂ ਸੁੱਟੀ ਜਾਂਦਾ ਵਿੱਚ ਘੁੰਮਣ ਸਾਹਿਬ ਜਰਾ ਆਪਣੀ ਕੈਂਚੀ ਤੇ ਵਹਾਏ ਇੱਕ ਮਿੰਟ ਬਸ ਇਹ ਉਂਗਲ ਨੂੰ ਕਿਵੇਂ ਪਾਈ ਦਿੰਦੀ ਹੈ ਹੱਥ ਲੈ ਸਿੱਧਾ ਕਰੀਆਂ ਹੱਥਾਂ 'ਚ ਇਹ ਵੇਖੋ ਕੈਂਚੀ ਹੈ ਜੀ ਇਹਨੇ ਕੀ ਜੀ ਇਹ ਉਂਗਲ ਨੂੰ ਛੱਲਾ ਪਾਇਆ ਹੁੰਦਾ ਇੰਜ ਗੁੱਛੇ ਤੇ ਗੁੱਛੇ ਜਿਹੜੇ ਨੇ ਨਾ ਸਪੀਡ ਬੜੀ ਹੈ ਸਪੀਡ
ਯਾਰ ਟਾਈਮ ਜਿਹੜੀ ਸਪੀਡ ਆ ਘੁੰਮਣ ਦੀ ਸਾਰਿਆਂ ਨੂੰ ਜ਼ਿਆਦਾ ਹੁੰਦੀ ਆ। ਠੇਕੇਦਾਰ ਆਪਣੇ ਦੀ ਬੜੀ ਸਪੀਡ ਆ ਵੇਖੋ, ਇੰਜ ਇੰਜ ਕਰਨਾ, ਲਾ ਲਾ ਕੇ ਸੁੱਟੀ ਜਾਣੀ ਆ, ਉਂਗਲ ਨੂੰ ਚਾੜੀ ਦਿੰਦੇ ਆ, ਵੇਖਿਆ ਛੱਲਾ ਜਿਹਾ ਪਾਇਆ ਕੈਂਚੀ ਜਿਹੜੀ ਆ ਇਹਨੂੰ ਫੋਰ ਬੀਚੀ ਆ ਦੇਣਾ ਇੱਥੇ ਟਾਹਲੀਆਂ 'ਚ, ਲਾ ਲਾ ਕੇ ਸੁੱਟੀ ਜਾਣੇ ਆ ਬਸ ਧੜਾ ਧੜ। ਮੇਰਾ ਕੰਮ ਇੰਜ ਲਿਆ ਲਿਆ ਕੇ ਨਾ ਜਿਹੜੇ ਬੀਨਸ ਨੇ, ਆਹ ਵੇਖਿਆ ਚਾਰ ਪਿੱਛੇ ਟਰੈਕਟਰ 'ਤੇ ਲਿਫਟ ਪਾਈ ਦੀ ਆ, ਪਿੱਛੇ ਰੱਖਦੇ ਨੇ ਖਾਲੀ ਰੱਖੀ ਜਾਣੇ ਨੇ ਅਤੇ ਭਰੇ ਦੇ ਅੱਗੂ ਚੁੱਕੀ ਜਾਣੇ ਨੇ। ਇੱਧਰ ਕੱਪੜੇ ਪਾ ਰਹੇ ਨੇ ਦੋਸਤ, ਮੌਸਮ ਹੁਣ ਇੱਧਰੋਂ ਤਾਂ ਬਿਲਕੁਲ ਸਾਫ਼ ਹੋ ਗਿਆ, ਧੁੱਪ ਲੱਗ ਗਈ ਆ ਸਹੀ। ਇਹ ਘੁੰਮਣ ਸਾਹਿਬ ਆਪਣਾ ਬੀਨਸ ਲਾਇਆ ਤਾ, ਦੇਖ ਲਓ ਦੋਵਾਂ ਬੰਦਿਆਂ ਨੇ। ਦੋਸਤੋ ਇਹ ਜਿਹੜਾ ਬੀਨਸ ਹੈ ਨਾ, ਇੱਕ ਬੀਨਸ ਦੇ ਪਿੱਛੋਂ ਜਿਹੜੇ ਮਾਲਕ ਨੇ ਉਹਨਾਂ ਕੋਲੋਂ 23 ਰੁਪਈਏ 22 ਰੁਪਈਏ ਲੱਭਦੇ ਨੇ ਜਾਂ 20 ਰੁਪਈਏ ਲੱਭਦੇ ਨੇ, ਅੱਗੇ ਬੰਦਿਆਂ ਨੂੰ ਕਿਸੇ ਬੰਦੇ ਨੂੰ 18 ਕੋਈ 20 ਦਾ ਲੱਗੇ ਦਾ, ਹਰ ਬੰਦੇ ਦਾ ਆਪਣਾ ਆਪਣਾ ਰੇਟ ਆ। 20 ਰੁਪਈਏ ਵੀ ਹੋਏ ਤਾਂ ਤੁਸੀਂ ਇਹ ਚਾਰ ਭਰੋ ਕੇ 80 ਯੂਰੋ ਤੁਹਾਡੀ ਦਿਹਾੜੀ ਬਣ ਜਾਣੀ ਹੈ। ਅਤੇ ਇੱਕ ਬੰਦਾ ਜਿਹੜਾ ਨਾ ਸੁਬਹਾ 7 ਵਜੇ ਲੱਗੇ ਅਤੇ ਦੁਪਹਿਰ 3 ਵਜੇ ਤੱਕ ਚਾਰ ਭਰ ਛੱਡਦਾ ਹੈ, ਇਹ ਜਿਹੜੇ ਨੇ ਜਿਹੜਾ ਸਹੀ ਕੰਮ ਕਰਨ ਵਾਲਾ, ਅਤੇ ਜ਼ਿਆਦਾ ਵੀ ਭਰ ਛੱਡਦੇ ਨੇ 6 ਵੀ। ਇਹ ਬਗੈਰ ਪੱਤਰਾਂ ਤੋਂ ਹੈ, ਜਿਹਦੇ ਨਾਲ ਪੱਤਰ ਤੋੜਨੇ ਨੇ ਉਹ ਜ਼ਿਆਦਾ ਹੋ ਜਾਂਦੇ ਨੇ, ਬਗੈਰ ਪੱਤਰਾਂ ਤੋਂ ਜ਼ਰਾ ਥੋੜ੍ਹਾ ਫਰਕ ਪੈ ਜਾਂਦਾ, ਇੱਕ ਘੱਟ ਹੁੰਦਾ, ਦੇਖ ਸਕਦੇ ਹੋ। ਦੋ ਵੱਜ ਕੇ ਅਤੇ ਹੋ ਗਏ ਨੇ 48 ਮਿੰਟ, ਛੁੱਟੀ ਦਾ ਟਾਈਮ ਹੋ ਗਿਆ। ਘੁੰਮਣ ਸਾਹਿਬ ਹੋਰਾਂ ਨੇ ਜਿਹੜਾ ਨਾ, ਘੁੰਮਣ ਸਾਹਿਬ ਕਿੰਨਾ ਵਾ ਬੀਨਸ ਲਾ ਲਈਏ, ਆ ਖੈਰ ਤੇਰੀ ਲੈ ਦੇ ਗਿਆ ਅੱਜ ਤਾਂ, ਵੇਖੇ ਨਾ ਦਿਹਾੜੀ ਲੱਗ ਹੀ ਗਈ ਆ ਨਾ, ਹੈਂ ਤੂੰ ਨਸੂ ਹਾਂ ਘਰ ਨੂੰ, ਅਸੀਂ ਬਾਰਿਸ਼ ਵੇਖ ਕੇ ਨਸੂ ਹਾਂਗੇ, ਮੈਂ ਵੇਖ ਲਾ ਫੜ ਫੁੜ ਕੇ ਦਿਹਾੜੀ ਲਵਾ ਛੜਿਆ, ਘਾਹ ਸਾਫ਼ ਮੌਸਮ ਹੋਣਾ, ਸੁੱਕਮ ਸੁੱਕੇ ਬੂਟੇ, ਕੋਈ ਪਾਣੀ ਨਹੀਂ ਉੱਤੇ, ਹਾਂ ਪੂਰੀ ਕ ਪੂਰੀ ਟੋਰ ਨਾਲ ਲੱਗੇ ਨਾ, ਖੈਰ ਤੇਰੀ ਮਾਲ ਹੀ ਬੜਾ ਨਾ ਮਾਸ਼ਾਅੱਲਾ, ਦੇਖ ਗੁੱਛਿਆਂ ਦੇ ਵਿੱਚ ਮਾਲ ਲੱਗੇ ਦਾ, ਦੇਖੋ ਜੀ ਜਿਵੇਂ ਫਲੂਟਰ ਹੁੰਦੇ ਨੇ, ਹੈਂ ਤੁਸੀਂ ਅੱਜ ਕੈਂਚੀ ਫੇਰਦੀ ਵਹਾਇਆ ਕਰੋ, ਲੈ ਫੇਰ ਜ਼ਰਾ ਕੈਂਚੀ ਤੇ ਮੈਂ ਵਹਾਵਾਂ ਬਾਹਾਂ ਨੂੰ, ਆਹੋ ਅੱਜ ਵਹਾਈ ਦੀ ਕੈਂਚੀ ਫੇਰਦੀ ਕੇ, ਘੁੰਮਣ ਦੀ ਸਪੀਡ ਦੇਖੋ ਜੀ, ਦੇਖੋ ਕੈਂਚੀ ਕਿਵੇਂ ਫੇਰਦਾ, ਘੁੰਮਣ ਲੈ ਘੁੰਮਣ, ਇੱਕ ਹੱਥ ਨਾਲ ਖਿੱਚੀ ਜਾਂਦਾ ਇੰਜੀ ਗੱਲ ਸਹੀ ਆ। ਦੋਸਤੋ ਅੱਜ ਦੀ ਵੀਡੀਓ ਸਾਡੇ ਇੱਥੋਂ ਤੱਕ ਰਹੀ, ਅਗਲੀ ਵੀਡੀਓ ਤੱਕ ਆਪਣੇ ਭਰਾ ਨੂੰ ਦੇਵੋ ਇਜਾਜ਼ਤ, ਇਨਸ਼ਾਅੱਲਾ ਫਿਰ ਜਲਦੀ ਜਿਹੜਾ ਨਾ ਕੁਛ ਹੀ ਵੀਡੀਓ ਲੈ ਕੇ ਆਵਾਂਗੇ, ਤੁਹਾਨੂੰ ਕੁਛ ਹੀ ਮਾਲੂਮਾਤ ਦੇਵਾਂਗੇ। ਅਤੇ ਇਹ ਮਾਲਟਿਆਂ ਦੇ ਸੰਤਰਿਆਂ ਦੇ ਸੀਜ਼ਨ ਦੀ ਪਹਿਲੀ ਵੀਡੀਓ ਸੀ ਅੱਜ, ਬੜੇ ਦੇਰ ਤੋਂ ਬਾਅਦ ਮੈਂ ਹਾਂ ਚਲੋ ਟਾਈਮ ਨਹੀਂ ਲੱਗਾ ਤਾਂ ਅੱਜ ਕੋਈ ਵੀਡੀਓ ਬਣਾਈਏ, ਅਤੇ ਆਏ ਘੁੰਮਣ ਸਾਹਿਬ ਵੀ ਸਾਡੇ ਆਏ ਦੇਣੇ, ਚਲੋ ਇਹ ਵੀ ਆਪਣੇ ਅੱਗੇ ਲੱਗ ਗਏ ਨੇ ਸਿਆਲਕੋਟ ਦੇ, ਸਹੀ ਹੈ ਦੋਸਤੋ, ਅੱਲਾ ਹਾਫਿਜ਼।